ਮੈਨੂੰ ਇਸ ਗੱਲ ਦੀ ਵੀ ਕੋਈ ਡਰ ਨਹੀਂ। ਆਪਣੇ ਇਹਨੂੰ ਇਹ ਦੇਣੇ, ਹੁਣ ਅਸੀਂ ਲੋਕਾਂ ਲਈ ਥੋੜ੍ਹੇ ਪਾਲਦੇ ਹਾਂ। ਜੇ ਐਮ ਐਲ ਏ ਦੀ ਵੀ ਕੋਈ ਨਾ ਸੁਣੇ ਤਾਂ ਸਪੀਕਰ ਸਾਹਿਬ ਕੋਲ ਖੜਾ ਹੋ ਜਾਂਦਾ ਵੀ ਤੁਸੀਂ ਤਾਂ ਸਾਂਝੇ ਹੋ ਜੀ, ਅਤੇ ਸਪੀਕਰ ਸਾਹਿਬ ਸਾਡੇ ਇੱਥੇ ਸਪੀਕਰ ਲਾ ਕੇ ਕਹਿੰਦੇ ਆ ਕਿ ਮੈਂ ਅਕਾਲੀ ਨਹੀਂ ਪਾਲਣੇ। ਸਾਡੇ 5000 ਸਕੂਲ ਮੈਂ ਸਮਾਰਟ ਸਕੂਲ ਬਣਾਏ ਨੇ ਪੰਜਾਬ 'ਚ। ਪਹਿਲੀ ਤਾਂ ਗੱਲ ਹੈ ਦੇਖੋ, ਕਲਾਕਾਰੀ ਦੇਖੋ ਵੀ ਇੱਕ ਪੈਸਾ ਖਜ਼ਾਨੇ 'ਚੋਂ ਰਿਲੀਜ਼ ਨਹੀਂ ਕੀਤਾ ਅਤੇ ਸਕੂਲ ਸਮਾਰਟ ਹੋ ਗਿਆ। ਔਰ 2 ਸਾਲਾਂ ਦੇ ਵਿੱਚ ਅਸੀਂ ਪੂਰੇ 13000 ਅਸੀਂ ਪੂਰੇ ਸਮਾਰਟ ਸਕੂਲ ਸਾਡੇ ਬਣ ਜਾਣ। ਹੁਣ ਇੰਨਾ ਓਵਰ ਸਮਾਰਟ ਮੁੱਖ ਮੰਤਰੀ ਕਿੱਥੇ ਹੋਊਗਾ? 33 ਨੰਬਰਾਂ ਤੋਂ ਘਟਾ ਕੇ ਹੁਣ 20 ਨੰਬਰਾਂ ਵਾਲਾ ਜਿਹੜਾ ਹੈਗਾ ਥਿਊਰੀ ਦੇ ਵਿੱਚੋਂ ਪਾਸ ਕੀਤਾ ਜਾਊਗਾ। ਅਤੇ ਗੱਲ ਜਿਵੇਂ ਸਕੂਲ ਦੀ 33 ਨੰਬਰਾਂ ਦੀ 20 ਨੰਬਰਾਂ ਵਾਲਾ ਦਾਅਵਾ ਤੁਸੀਂ ਕੀਤਾ, ਅਤੇ ਜੇਕਰ ਅਜਿਹਾ ਸੱਚਮੁੱਚ ਹੋ ਗਿਆ ਤਾਂ ਸਾਡੇ ਵਿਦਿਆਰਥੀ ਨਿਪੁੰਸਕ ਨਹੀਂ ਇੱਕ ਤਰ੍ਹਾਂ ਨਾਲ ਹੋ ਜਾਣਗੇ? ਇਹ 2 ਲੱਖ ਦੀ ਗੱਲ ਕਰਤਾ, ਮੈਂ ਤਾਂ 11 ਲੱਖ ਦੇ ਚੁੱਕਿਆ ਨੌਕਰੀਆਂ ਪੰਜਾਬ ਦੇ ਵਿੱਚ। ਉਹ ਜਿਹੜੀ ਝੋਨੇ ਦੀ ਲੇਬਰ ਆਏਗੀ ਝੋਨਾ ਲਾਉਣ ਵਾਸਤੇ, ਉਹ ਵੀ ਸਰਕਾਰ ਗਿਣਤੀ ਕਰੇਗੀ ਵੀ ਰੁਜ਼ਗਾਰ ਦਿੱਤਾ। ਜਿਹੜੀ ਕਣਕ ਦੀ ਵਾਢੀ ਵਾਸਤੇ ਅੱਗੋਂ ਮਜ਼ਦੂਰ ਆਉਣਗੇ ਉਹ ਵੀ ਵਿੱਚ ਗਿਣੇ ਜਾ ਰਹੇ ਆ। ਜਿਹੜੇ ਨਰੇਗਾ ਵਾਲੇ ਆ ਉਹਨਾਂ ਦੀ ਵੀ ਫਿਕਰ, ਉਹਨਾਂ ਨੇ ਕੱਲ੍ਹ ਜਾਰੀ ਕੀਤੀ ਪੈਂਦੇ ਨੂੰ ਨਰੇਗਾ। ਹੁਣ PhD ਕੀਤੇ, ਇੰਜੀਨੀਅਰਿੰਗ ਕੀਤੇ, ਡਾਕਟਰੀ ਕੀਤੇ ਲੋਕਾਂ ਨੂੰ ਕਣਕ ਵਧਾਇਆ ਕਰੂ। ਦਿੱਲੀ 11 ਲੱਖ ਸੀ, ਇੱਕ ਤਾਂ ਦੇਖੋ ਵਧਾਈ ਦੇ ਪਾਤਰ ਹੈ, ਕੱਲ੍ਹ ਇੱਥੇ ਆਉਂਦਿਆਂ ਆਉਂਦਿਆਂ ਪ੍ਰੈਸ ਲਈ ਤੱਕ 12 ਹੋ ਗਿਆ। ਹੁਣ ਵੀ ਤੁਹਾਡੀ ਇਨਫੋਰਮੇਸ਼ਨ ਸ਼ਾਇਦ ਗਲਤ ਹੋ ਜਾਵੇ, ਸ਼ਾਮ ਤੱਕ 13 ਦਾ ਅੰਕੜਾ ਜਾਰੀ ਹੋ ਜਾਵੇ। ਐਡੀ ਤੇਜ਼ੀ ਦੇ ਨਾਲ ਰੁਜ਼ਗਾਰ ਵੱਧ ਰਿਹਾ। ਅਤੇ ਜਿਹੜੇ ਕਹਿ ਰਹੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ ਜੀ, ਉਹ ਉਹਨਾਂ ਨੂੰ ਕਿਵੇਂ ਵੇਖਦੇ ਜਿਹੜੇ ਕਹਿੰਦੇ ਵੀ 1920 'ਚ ਸ਼ੁਰੂ ਹੋਇਆ ਸੀ, 2019 'ਚ ਖਤਮ? ਇਸ ਵੇਲੇ ਰੂਪਨਗਰ ਦੇ ਬਾਜ਼ਾਰ ਦੇ ਵਿੱਚ ਖੜ੍ਹੇ ਹਾਂ। ਇਸ ਇੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਇੱਕ ਵੱਡਾ ਧਰਨਾ ਦਿੱਤਾ ਗਿਆ ਔਰ ਬਾਜ਼ਾਰ ਦੇ ਵਿੱਚ ਇੱਕ ਰੈਲੀ ਦਾ ਰੂਪ ਧਾਰਿਆ ਗਿਆ। ਅਤੇ ਕੀ ਮੰਗ ਹੈ ਇਹਨਾਂ ਦੀ, ਕਿਉਂ ਇਹ ਧਰਨਾ ਪ੍ਰਦਰਸ਼ਨ ਹੋਇਆ, ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਵੇਖੀ ਗਈ? ਚੀਮਾ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਚੀਮਾ ਸਾਹਿਬ, ਕੀ ਮਕਸਦ ਸੀ ਅੱਜ? ਦੇਖੋ, ਅੱਜ ਦਾ ਮਕਸਦ ਜਿਹੜਾ ਇਹ ਸੀ ਕਿ ਜਿਸ ਤਰੀਕੇ ਵਿਕਾਸ ਦੇ ਕੰਮਾਂ ਨੂੰ ਸਕਟਲ ਕੀਤਾ ਜਾ ਰਿਹਾ ਜੀ, ਔਰ ਜਿੱਥੇ ਜਿੱਥੇ ਵਿਰੋਧੀ ਪਾਰਟੀਆਂ ਦੀ ਪੰਚਾਇਤ ਹੈ ਜਾਂ ਮਿਊਂਸੀਪਲ ਕਮੇਟੀ ਹੈ ਉਹਨਾਂ ਨੂੰ ਜ਼ਬਰਦਸਤੀ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਜੀ, ਉਹਦੇ ਖਿਲਾਫ਼ ਅੱਜ ਅਸੀਂ ਸ਼ਹਿਰ ਦੇ ਵਿੱਚ ਰੋਸ ਮਾਰਚ ਕੀਤਾ, ਕਿਉਂਕਿ ਸਾਡੇ ਕੋਲ 7-8 ਮਹੀਨਿਆਂ ਤੋਂ 3.5 ਕਰੋੜ ਰੁਪਈਆ ਕੇਂਦਰ ਸਰਕਾਰ ਦਾ, ਵਿੱਤ ਕਮਿਸ਼ਨ ਦਾ ਜੀ, ਕਮੇਟੀ ਕੋਲ ਪਹੁੰਚ ਚੁੱਕਿਆ। ਉਹਦੇ ਮਤੇ ਜਿਹੜੇ ਆ ਬਹੁਤ ਲੰਬਾ ਸਮਾਂ ਪਹਿਲਾਂ ਕਮੇਟੀ ਨੇ ਪਾਸ ਕਰਕੇ ਮੈਜੋਰਟੀ ਦੇ ਨਾਲ ਹਾਊਸ ਨੇ ਭੇਜੇ ਹੋਏ। ਕੰਮ ਸ਼ੁਰੂ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਜਾਣ ਬੁੱਝ ਕੇ ਕਿ ਸਿਰਫ ਇਹਦਾ ਕ੍ਰੈਡਿਟ ਜਿਹੜੀ ਆ ਕਮੇਟੀ ਨੂੰ ਹੋਣਾ ਚਾਹੀਦਾ। ਆਪ ਤਾਂ ਸਰਕਾਰ ਨੇ 13 ਲੱਖ ਕਮੇਟੀ ਨੂੰ ਦਿੱਤਾ ਨਹੀਂ, 37 ਲੱਖ 1.5 ਕਰੋੜ ਅਨਾਊਂਸ ਕਰਕੇ 37 ਲੱਖ ਦਿੱਤਾ ਅਤੇ ਸੀਨੀਅਰ ਸਿਟੀਜਨ ਹੋਮ ਦਾ 35 ਲੱਖ ਰੁਪਈਆ ਵਾਪਸ ਲੈ ਲਿਆ। 6.5 ਕਰੋੜ ਦਾ ਪੁਲ ਸੀ ਬਿੰਦਰ ਅਖਾੜਾ, ਉਹ ਸਾਡਾ ਪੈਸਾ ਵਾਪਸ ਲੈ ਗਿਆ। ਬਾਕੀ ਜਿਹੜੇ ਸਾਡੇ ਵੇਲੇ ਦੇ ਕੰਮ ਹੈ ਹਾਲੇ ਤੱਕ ਉਹ ਕੰਪਲੀਟ ਨਹੀਂ ਕੀਤੇ, ਜਿਹੜੇ ਪੈਸੇ ਅਸੀਂ ਛੱਡ ਕੇ ਗਏ ਸੀ। ਅਤੇ ਹੁਣ ਜਿਹੜਾ ਸਾਡਾ ਆਪਣਾ ਕਮੇਟੀ ਦਾ ਹੱਕ ਹੈ, ਨਾ GST ਦਾ 1 ਕਰੋੜ ਦਿੱਤਾ, ਨਾ ਐਕਸਾਈਜ਼ ਦਾ 1 ਕਰੋੜ ਪੈਂਡਿੰਗ ਸੀ ਉਹ ਦਿੱਤਾ, ਨਾ ਜਿਹੜੀ ਨਕਸ਼ਾ ਫੀਸ 50 ਲੱਖ ਉੱਤੇ ਪੈਂਡਿੰਗ ਹੈ ਉਹ ਦਿੱਤੀ ਹੈ। ਆਪਣਾ ਪੈਸਾ ਰੋਕਿਆ ਹੋਇਆ, ਜਿਹੜਾ ਕੇਂਦਰ ਸਰਕਾਰ ਦਾ ਆ ਰਿਹਾ ਉਹਦੇ 'ਤੇ ਕੰਮਾਂ 'ਤੇ ਰੋਕ ਲਾਤੀ। ਇਸ ਕਰਕੇ ਅਸੀਂ ਪਹਿਲਾਂ ਵੀ ਬਥੇਰਾ ਚਿੱਠੀ ਪੱਤਰ ਕੀਤਾ, ਬੜੇ ਸਾਡੇ ਡੈਪੂਟੇਸ਼ਨ ਜਾ ਕੇ ਆਏ, ਅਖੀਰ ਦੇ ਉੱਤੇ ਜਿਹੜਾ ਫਿਰ ਜਨਤਕ ਰੋਸ ਅੱਜ ਅਸੀਂ ਪ੍ਰਗਟ ਕੀਤਾ ਅਤੇ ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਾਂ, ਜੇ ਨਹੀਂ ਜਾ ਕੇ ਫਿਰ ਹਫ਼ਤੇ ਬਾਅਦ ਵੱਡਾ ਕੰਮ ਕਰਾਂ ਜੀ। ਜਦੋਂ ਵੀ ਉਹਨਾਂ ਨਾਲ ਕਾਂਗਰਸ ਦੇ ਨਾਲ ਤੁਹਾਡੇ ਧਰਨੇ ਬਾਬਤ ਗੱਲ ਕਰੀਦੀ ਆ, ਉਹ ਕਹਿੰਦੇ ਜੀ ਅਕਾਲੀ ਸਿਰਫ ਡਰਾਮਾ ਕਰ ਰਹੇ, ਉਹ ਕਹਿੰਦੇ ਸਾਡੀ ਸਰਕਾਰ ਆ, ਅਸੀਂ ਕਿਉਂ ਨਹੀਂ ਚਾਹਵਾਂਗੇ ਵੀ ਵਿਕਾਸ ਕਰੀਏ? ਨਹੀਂ, ਇਹਦਾ ਕਾਰਨ ਦੱਸ ਦੇਣ ਫਿਰ ਪ੍ਰਵਾਨਗੀ, ਉਸ ਅਫਸਰ ਨੂੰ ਸਜ਼ਾ ਦੇਣ ਜੀ। ਸਾਡੇ ਕੋਲ ਸਾਰਾ ਡਾਕ ਪੱਤਰ ਕਮੇਟੀ ਅੱਜ ਹੀ ਦੇ ਦਿੰਦੀ ਹੈ, ਇਹਨਾਂ ਦੇ ਕੋਲ ਚਿੱਠੀਆਂ ਨੇ, ਉਸ ਅਫਸਰ ਨੂੰ ਅੱਜ ਪਬਲਿਕਲੀ ਸਜ਼ਾ ਦੇਣ ਜੀ। ਜੇ ਸਰਕਾਰ ਦਾ ਰੋਲ ਨਹੀਂ ਹੈ ਤਾਂ ਫਿਰ ਉਹਦੀ ਕੀ ਜ਼ਰੂਰਤ ਹੈ ਕਿ ਉਹ ਚੁਣੀ ਹੋਈ ਕਮੇਟੀ ਨੂੰ ਇਹ ਅਨਡੈਮੋਕ੍ਰੈਟਿਕ ਤਰੀਕੇ ਦੇ ਨਾਲ ਉਹਦਾ ਕੰਮ ਰੋਕ ਦੇਵੇ? ਸਰਕਾਰ ਦੇ ਹੁਕਮਾਂ ਤੋਂ ਬਗੈਰ ਤੁਸੀਂ ਸਪੀਕਰ ਸਾਹਿਬ ਦਾ ਬਿਆਨ ਪੜਿਆ ਹੋਣਾ ਵੀ ਅਸੀਂ ਅਕਾਲੀ ਨਹੀਂ ਪਾਲਣੇ, ਆਹ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਸੀ। ਹੁਣ ਸਪੀਕਰ ਸਾਡਾ ਸਤਿਕਾਰਯੋਗ ਰੁਤਬਾ ਹੁੰਦਾ, ਸਾਂਝੇ ਹੁੰਦੇ ਆ ਹਾਊਸ ਦੇ ਵਿੱਚ, ਜੇ MLA ਦੀ ਵੀ ਕੋਈ ਨਾ ਸੁਣੇ ਤਾਂ ਸਪੀਕਰ ਸਾਹਿਬ ਕੋਲ ਖੜਾ ਹੋ ਜਾਂਦਾ ਵੀ ਤੁਸੀਂ ਤਾਂ ਸਾਂਝੇ ਹੋ ਜੀ, ਅਤੇ ਸਪੀਕਰ ਸਾਹਿਬ ਸਾਡੇ ਇੱਥੇ ਸਪੀਕਰ ਲਾ ਕੇ ਕਹਿੰਦੇ ਆ ਕਿ ਮੈਂ ਅਕਾਲੀ ਨਹੀਂ ਪਾਲਣੇ, ਅਤੇ ਜੇ ਇੰਨੀ ਬਦਲਾਖੋਰੀ ਨਾਲ ਸਰਕਾਰਾਂ ਚੱਲਣਗੀਆਂ ਕਿਵੇਂ ਕੰਮ ਚੱਲੂ ਜੀ? ਅਤੇ ਜਦੋਂ ਗੱਲ ਕਰੀ ਦੀ ਹੈ ਜੋ ਵਿਰੋਧੀ ਕਹਿੰਦੇ ਨੇ, ਉਹ ਕਹਿੰਦੇ ਅਕਾਲੀ ਔਰ ਕਾਂਗਰਸੀ ਤਾਂ ਰਲ ਕੇ ਚੱਲ ਰਹੇ ਨੇ, ਵੀ ਸਿਰਫ ਇੱਕ ਦਿਖਾਵਾ ਲੋਕਾਂ ਦੇ ਵਿੱਚ ਵੀ ਧਰਨੇ ਪ੍ਰਦਰਸ਼ਨ ਹੋ ਰਹੇ ਨੇ? ਨਹੀਂ, ਦੇਖੋ ਗੱਲ ਇਹ ਹੈ ਕਿ ਅਸੀਂ ਅੱਜ ਜਿੰਨੀ ਵੀ ਗੱਲ ਸਟੇਜ 'ਤੇ ਕੀਤੀ ਆ ਜੀ, ਇਕੱਲਾ ਦੀ ਠੋਕ ਵਜਾ ਕੇ ਕੀਤੀ ਹੈ। ਰੋਜ਼ ਅਸੀਂ ਜੋ ਕੁਐਸਚਨ ਰੇਜ਼ ਕਰਦੇ ਹਾਂ ਵਿਧਾਨ ਸਭਾ ਦੇ ਅੰਦਰ ਬਾਹਰ ਸਰਕਾਰ ਦੇ ਖਿਲਾਫ਼ ਕਰਦੇ ਹਾਂ, ਰਲੇ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਾਲੇ ਆ। ਆ ਸਾਡਾ ਸਪੀਕਰ ਸਾਹਿਬ ਨੇ MLA ਸ਼ਾਮਿਲ ਕਰਾ ਲਿਆ ਸੀ, ਹੁਣ ਵੀ ਤੁਸੀਂ ਦੱਸ ਸਕਦੇ ਹੋ ਕਿ ਕਿਹੜੀ ਪਾਰਟੀ 'ਚ? ਨਾ ਇਹ ਆਮ ਆਦਮੀ ਪਾਰਟੀ 'ਚ ਵਿੱਚ ਕਾਂਗਰਸ 'ਚ ਵੜਿਆ ਸੀ, ਹੁਣ ਕਾਂਗਰਸ ਵਾਲੇ ਕਹਿੰਦੇ ਸਾਡਾ ਨਹੀਂ,
ਉਹ ਖਿੱਦੋ ਖੁੱਡੀ ਆਗੂ ਕਦੀ ਉਹਨੂੰ ਉੱਧਰ ਧੱਕ ਦਿੰਦੇ ਕਦੀ ਉੱਧਰ ਧੱਕ ਦਿੰਦੇ। ਇਸ ਕਰਕੇ ਅਸੀਂ ਤਾਂ ਡਟ ਕੇ ਲੋਕਾਂ ਦੇ ਨਾਲ ਖੜ੍ਹੇ ਹਾਂ। ਅੱਜ ਵੀ ਬੜਾ ਜੈਨੂਇਨ ਕੰਮ ਵਾਸਤੇ ਅਸੀਂ ਰੋਸ ਪ੍ਰਗਟ ਕੀਤਾ ਔਰ ਜੇ ਨਾ ਹਟੇ ਤਾਂ ਫਿਰ ਵੱਡੇ ਪੱਧਰ 'ਤੇ ਰੋਸ ਹੋਵੇ। ਜੀ ਕੈਪਟਨ ਸਾਹਿਬ ਦਾ ਦਿੱਲੀ ਦੇ ਵਿੱਚ ਬਿਆਨ ਜਦੋਂ ਅਸੀਂ ਸੁਣਦੇ ਹਾਂ ਭਾਸ਼ਣ ਵੀ, ਉਹ ਤਾਂ ਕਹਿੰਦੇ ਮੈਂ ਵਿਕਾਸ ਦੀ ਝੜੀ ਲਾਤੀ ਪੰਜਾਬ ਦੇ ਵਿੱਚ, 5,500 ਸਕੂਲ ਸਮਾਰਟ ਹੋ ਗਏ ਜੀ ਅਤੇ 11,00,000 ਨੌਕਰੀਆਂ ਹੋ ਗਈਆਂ। ਹੁਣ ਪਹਿਲੀ ਤਾਂ ਗੱਲ ਹੈ ਦੇਖੋ, ਕਲਾਕਾਰੀ ਦੇਖੋ ਵੀ ਇੱਕ ਪੈਸਾ ਖਜ਼ਾਨੇ 'ਚੋਂ ਰਿਲੀਜ਼ ਨਹੀਂ ਕੀਤਾ ਅਤੇ ਸਕੂਲ ਸਮਾਰਟ ਹੋ ਗਿਆ। ਹੁਣ ਇੰਨਾ ਓਵਰ ਸਮਾਰਟ ਮੁੱਖ ਮੰਤਰੀ ਕਿੱਥੇ ਹੋਊਗਾ? ਇਹਨਾਂ ਨੂੰ ਪੁੱਛੋ ਵੀ ਇੱਕ ਪੈਸਾ ਦਿੱਤਾ, ਡੰਡਾ ਉਹਨਾਂ 'ਤੇ ਚਾੜਿਆ ਹੋਇਆ ਵੀ ਪਿੰਡੋਂ ਪੈਸੇ ਇਕੱਠੇ ਕਰਕੇ ਲਿਆਓ, ਭਾਵੇਂ ਆਪਣੀ ਜੇਬ 'ਚੋਂ ਜੋ, ਅਤੇ ਸਕੂਲ ਦਾ ਗੇਟ ਕਲੀ ਕਰਾਓ, ਸਕੂਲ ਨੂੰ ਕਲੀ ਕਰਾਓ। ਇਸ ਤਰ੍ਹਾਂ ਦੇ ਤਣਾਅ ਦੇ ਨਾਲ ਡਿਪਾਰਟਮੈਂਟ ਨਹੀਂ ਚੱਲਦੇ। ਹੁਣ ਜਦੋਂ ਸਿਸਟਮ ਕੋਲੈਪਸ ਕਰ ਗਿਆ, ਅਧਿਆਪਕਾਂ ਦੀ ਅਤੇ ਪ੍ਰਸ਼ਾਸਕਾਂ ਦੀ ਆਪਸ 'ਚ ਬਣਦੀ ਨਹੀਂ, 24 ਘੰਟੇ ਹੜਤਾਲਾਂ। ਹੁਣ ਕੱਲ੍ਹ ਤੁਸੀਂ ਸਟੋਰੀ ਅਖਬਾਰ 'ਚ ਪੜ੍ਹੀ ਹੋਣੀ ਪੰਜਾਬੀ ਦੀ ਪ੍ਰਮੁੱਖਤਾ ਨਾਲ ਕਿ 33 ਨੰਬਰਾਂ ਤੋਂ ਘਟਾ ਕੇ ਹੁਣ 20 ਨੰਬਰਾਂ ਵਾਲਾ ਜਿਹੜਾ ਹੈਗਾ ਥਿਊਰੀ ਦੇ ਵਿੱਚੋਂ ਪਾਸ ਕੀਤਾ ਜਾਊਗਾ। ਹੁਣ ਇਹੋ ਜਿਹੇ ਕੰਮ ਕਰਕੇ ਤੁਸੀਂ ਬੱਚਿਆਂ ਦਾ ਫਿਊਚਰ ਤਬਾਹ ਕਰ ਰਹੇ ਹੋ। ਇਹ ਓਵਰ ਸਮਾਰਟਨੈਸ ਜਿਹੜੀ ਆ, ਇਹ ਬਹੁਤ ਵੱਡਾ ਇੱਕ ਅਕੈਡਮਿਕ ਫਰਾਡ ਆ। ਇਹ ਹੌਲੀ ਹੌਲੀ ਲੋਕਾਂ ਨੂੰ ਸਮਝ ਆਊਗੀ। ਜਦੋਂ ਸਿੱਖਿਆ ਵਿਭਾਗ ਨਾਲ ਸਰ ਗੱਲ ਕਰਦੇ ਹਾਂ ਆਪਾਂ ਸਿੱਖਿਆ ਵਿਭਾਗ ਨਾਲ, ਉਹ ਕਹਿੰਦੇ ਜੇ ਤਾਂ ਅਫਵਾਹ ਹੈ, ਕੁਛ ਚੈਨਲਾਂ ਨੇ ਖੁਦ ਇਹ ਖਬਰ ਬਣਾਈ ਹੈ। ਵਿਜੇਂਦਰ ਸਿੰਗਲਾ ਵੀ ਇਹਨੂੰ ਕੰਡੈਮ ਕਰ ਰਿਹਾ ਜੀ ਫੋਨ 'ਤੇ, ਹਾਲਾਂਕਿ ਅਧਿਕਾਰਿਤ ਤੌਰ 'ਤੇ ਕੋਈ ਖੰਡਨ ਨਹੀਂ ਆਉਂਦਾ ਜੀ। ਦੇਖੋ ਵਿਜੇਂਦਰ ਸਿੰਗਲਾ ਮੈਂ ਸਤਿਕਾਰ ਕਰਦਾ, ਨੌਜਵਾਨ ਪੜ੍ਹਿਆ ਲਿਖਿਆ, ਪਰ ਉਹਦੇ ਕੰਟਰੋਲ 'ਚ ਮਹਿਕਮਾ ਨਹੀਂ ਹੈਗਾ, ਮਹਿਕਮਾ ਅਫਸਰ ਚਲਾ ਰਿਹਾ। ਇਸ ਕਰਕੇ ਉਹ ਕਿਤੇ ਉਹਨਾਂ ਕੋਲ ਸਮਾਂ ਹੋਵੇ ਅਤੇ ਮਹਿਕਮੇ 'ਚ ਜਾ ਕੇ ਚਿੱਠੀ ਪੱਤਰ ਪੜ੍ਹਨ, ਅਤੇ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਇਕੱਲੀ ਇਕੱਲੀ ਜਿਹੜੀ ਹੈਗੀ ਹੈ, ਜਿਹੜੇ ਜ਼ਿੰਮੇਵਾਰ ਅਖਬਾਰਾਂ ਨੇ ਉਹਨਾਂ ਨੇ 4-4 ਕਾਲਮ ਦੀਆਂ ਜਿਹੜੀਆਂ ਅੱਧੇ ਅੱਧੇ ਪੇਜ ਦੀਆਂ ਸਟੋਰੀਆਂ ਲਾਈਆਂ। ਇਸ ਕਰਕੇ ਜੇ ਹੁਣ ਉਹਨਾਂ ਨੂੰ ਨਹੀਂ ਦੱਸਦੇ ਅਫਸਰ ਤਾਂ ਉਹ ਵਿਚਾਰਾ ਬੇਵਸ ਹੈ। ਕਿਤੇ ਮਹਿਕਮੇ 'ਚ ਸਮਾਂ ਹੋਵੇ ਉਹਨਾਂ ਕੋਲ ਜਾ ਕੇ ਕਦੀ ਹਿਸਾਬ ਕਿਤਾਬ ਮਹਿਕਮੇ ਦਾ ਪੁੱਛਣ ਅਤੇ ਪਤਾ ਲੱਗੇਗਾ ਵੀ ਸਭ ਕੁਛ ਹੋ ਰਿਹਾ ਜੀ। ਅਤੇ 11,00,000 ਨੌਕਰੀਆਂ ਦੇਣੀਆਂ ਕਿਵੇਂ ਵੇਖਦੇ ਹੋ? ਉਹ ਇਹਦੀ ਜਿਹੜੀ ਝੋਨੇ ਦੀ ਲੇਬਰ ਆਏਗੀ ਝੋਨਾ ਲਾਉਣ ਵਾਸਤੇ, ਉਹ ਵੀ ਸਰਕਾਰ ਗਿਣਤੀ ਕਰੇਗੀ ਵੀ ਰੁਜ਼ਗਾਰ ਦਿੱਤਾ। ਜਿਹੜੀ ਕਣਕ ਦੀ ਵਾਢੀ ਵਾਸਤੇ ਕੋਈ ਮਜ਼ਦੂਰ ਆਉਣਗੇ ਉਹ ਵੀ ਵਿੱਚ ਗਿਣੇ ਜਾ ਰਹੇ ਆ। ਜਿਹੜੇ ਨਰੇਗਾ ਵਾਲੇ ਆ ਉਹਨਾਂ ਦੀ ਵੀ ਫਿਕਰ ਉਹਨਾਂ ਨੇ ਕੱਲ੍ਹ ਜਾਰੀ ਕੀਤੀ ਪਈ ਇਹਨਾਂ ਨੂੰ ਨਰੇਗਾ। ਹੁਣ PhD ਕੀਤੇ, ਇੰਜੀਨੀਅਰਿੰਗ ਕੀਤੇ, ਡਾਕਟਰੀ ਕੀਤੇ ਲੋਕਾਂ ਨੂੰ ਕਣਕ ਵਧਾਇਆ ਕਰੂਗੀ। ਫੈਕਟਰੀਆਂ ਦੇ ਵਿੱਚੋਂ ਜਾ ਕੇ ਅਤੇ ਉਹਨੂੰ ਕਹਿੰਦੇ ਵੀ ਸਾਲ ਦੇ ਵਿੱਚ ਕੋਈ ਵੀ ਤੇਰੇ ਕੋਲ ਕੰਮ ਕਰਕੇ ਗਿਆ ਦਿਹਾੜੀ 'ਤੇ, ਭਾਵੇਂ ਥੋੜ੍ਹੇ ਦਿਨਾਂ ਵਾਸਤੇ ਉਹਦਾ ਨਾਲ ਖਾ। ਇਹ ਫਰਾਡ ਕਰਕੇ ਇਹ ਆਪਣਾ ਹੀ ਪਹਿਲਾਂ ਅੰਕੜਾ ਜਾਰੀ ਕਰਨ ਵੀ ਸਰਕਾਰੀ ਨੌਕਰੀ ਕਿੰਨੀ ਹੈ, ਪਹਿਲਾਂ ਤਾਂ ਉਹਦਾ ਫੈਸਲਾ ਕਰੀ ਕਿ ਜਿੰਨੀਆਂ ਪੋਸਟਾਂ ਖਾਲੀ ਕਿੰਨੀਆਂ ਹੋਈਆਂ, 3 ਸਾਲਾਂ ਦੇ ਵਿੱਚ ਭਰੀਆਂ ਕਿੰਨੀਆਂ ਨੇ, ਇਮਾਨਦਾਰੀ ਨਾਲ ਇਕੱਲਾ ਉਹ ਜਾਰੀ ਕਰ। 12,00,000 ਦਿੱਲੀ, 11,00,000 ਸੀ। ਇੱਕ ਤਾਂ ਵੇਖੋ ਵਧਾਈ ਦੇ ਪਾਤਰ ਹੈ, ਕੱਲ੍ਹ ਇੱਥੇ ਆਉਂਦਿਆਂ ਆਉਂਦਿਆਂ ਪ੍ਰੈਸ ਰਿਲੀਜ਼ ਤੱਕ 12 ਹੋ ਗਿਆ। ਹੁਣ ਵੀ ਤੁਹਾਡੀ ਇਨਫੋਰਮੇਸ਼ਨ ਸ਼ਾਇਦ ਗਲਤ ਹੋ ਰਹੀ, ਸ਼ਾਮ ਤੱਕ 13 ਦਾ ਅੰਕੜਾ ਜਾਰੀ ਹੋ ਜਾਵੇ। ਐਡੀ ਤੇਜ਼ੀ ਦੇ ਨਾਲ ਰੁਜ਼ਗਾਰ ਵੱਧ ਰਿਹਾ ਅਤੇ ਮਤਲਬ ਇੱਕ ਇਹ ਤਾਂ ਇਹਨਾਂ ਨੂੰ ਕੋਈ ਵੱਖਰਾ ਹੀ ਵਰਲਡ ਲੈਵਲ ਦੇ ਉੱਤੇ ਕੋਈ ਮੈਗਾ ਸੇਸੇ ਅਵਾਰਡ ਵਗੈਰਾ ਮਿਲਣਾ ਚਾਹੀਦਾ ਜੀ। ਅਤੇ ਗੱਲ ਜਿਵੇਂ ਸਕੂਲ ਦੀ 33 ਨੰਬਰਾਂ ਦੀ 20 ਨੰਬਰਾਂ ਵਾਲਾ ਦਾਅਵਾ ਤੁਸੀਂ ਕੀਤਾ, ਅਤੇ ਜੇਕਰ ਅਜਿਹਾ ਸੱਚਮੁੱਚ ਹੋ ਗਿਆ ਤਾਂ ਸਾਡੇ ਵਿਦਿਆਰਥੀ ਨਿਪੁੰਸਕ ਨਹੀਂ ਇੱਕ ਤਰ੍ਹਾਂ ਨਾਲ ਹੋ ਜਾਣਗੇ ਚੀਮਾ ਸਾਹਿਬ? ਮੈਂ ਕਹਿੰਦਾ ਖਤਮ ਹੋ ਜਾਏਗਾ, ਬੱਚੇ ਦਾ ਕੈਰੀਅਰ ਖਤਮ ਹੋ ਜਾਏਗਾ। ਤੁਸੀਂ ਸਿੱਖਿਆ ਮੰਤਰੀ ਰਹੇ ਹੋ, ਤੁਸੀਂ ਅਜਿਹੀਆਂ ਵਿਉਂਤਬੰਦੀਆਂ ਕੀ? ਮੈਂ ਤਾਂ ਘਟਾਏ ਸੀਗੇ ਪਿੱਛੇ, ਜਿਹੜੀ ਹੈ ਡਿਸਕ੍ਰੀਸ਼ਨ ਜਿਹੜੀ ਹੁੰਦੀ ਹੈ ਨਾ ਜੀ, ਉਹ ਸਾਡੇ ਵੀ ਉਦੋਂ ਧਿਆਨ 'ਚ ਆਇਆ ਸੀ ਕਿ ਡਿਸਕ੍ਰੀਸ਼ਨ ਜਿਹੜੀ ਹੈ, ਕੁਛ ਅਧਿਆਪਕ ਚੰਗੇ ਜਿਹੜੇ ਆ ਮੈਰਿਟ 'ਤੇ ਕੰਮ ਕਰਦੇ ਆ, ਕਈ ਅਧਿਆਪਕ ਆਪਣੀ ਕਮੀ ਨੂੰ ਛੁਪਾਉਣ ਵਾਸਤੇ ਡਿਸਕ੍ਰੀਸ਼ਨ ਨੂੰ ਮਿਸਯੂਜ਼ ਕਰਦੇ ਉਦੋਂ। ਇਸ ਕਰਕੇ ਅਸੀਂ ਡਿਸਕ੍ਰੀਸ਼ਨ ਬਹੁਤ ਘਟਾਤੀ ਸੀ, ਜਿੱਥੇ 30-30 ਨੰਬਰਾਂ ਦੀ ਹੁੰਦੀ ਸੀ ਇੰਟਰਨਲ ਅਸੈਸਮੈਂਟ, ਅਸੀਂ 10-10 ਨੰਬਰਾਂ 'ਤੇ ਲੈਂਦੇ ਸੀ। ਇਸੇ ਕਰਕੇ ਕਿ ਬੱਚਾ ਕੰਪੀਟੀਸ਼ਨ ਦਾ ਯੋਗ ਹੈ, ਇਹਨਾਂ ਬੱਚਿਆਂ ਨੇ ਅੱਗੋਂ ਜਾ ਕੇ ਕੰਪੀਟੀਸ਼ਨ ਵਿੱਚ ਬੈਠਣਾ। ਹੁਣ ਪਿਛਲੀ ਵਾਰੀ ਇਹਨਾਂ ਨੇ ਇਸ ਤਰ੍ਹਾਂ ਦੇ ਫਰਾਡ ਕਰਕੇ ਰਿਜ਼ਲਟ ਵਧਾਇਆ। ਜਿਹੜੇ ਬੱਚੇ ਆਪਣੇ ਬੋਰਡ ਦੇ ਇਗਜ਼ਾਮ 'ਚੋਂ 80% ਤੋਂ ਵੱਧ ਨੰਬਰ ਲੈ ਗਏ, ਉਹਨਾਂ ਨੇ ਜਦੋਂ ਬੋਰਡ ਨੇ ਦੁਬਾਰਾ ਟੈਸਟ ਲਿਆ ਇਹਨਾਂ ਦੇ ਐਜੂਕੇਸ਼ਨ ਡਿਪਾਰਟਮੈਂਟ ਨੇ ਮੈਰੀਟੋਰੀ ਸਕੂਲਾਂ 'ਚ ਦਾਖਲੇ ਵਾਸਤੇ, ਅਤੇ ਉਹ 50% ਵੀ ਨਹੀਂ ਲੈ ਸਕੇ। ਇਹਨਾਂ ਨੂੰ ਸ਼ਰਤ 50% ਤੋਂ ਘਟਾ ਕੇ 45 ਕਰਨੀ ਪਈ। ਹੁਣ ਦੇਖੋ ਫਰਾਡ ਨਹੀਂ ਤਾਂ ਕੀ ਹੈ? ਹੁਣ ਉਹ ਸ਼ਰਤ ਮੇਰਾ ਖਿਆਲ ਇਹਨਾਂ ਨੂੰ ਹੌਲੀ ਹੌਲੀ 20 'ਤੇ ਲਾਉਣੀ ਪਊਗੀ। ਜਿਹੜੇ ਹਰ ਵਿਭਾਗ ਦੇ ਵਿੱਚ ਕਿਸੇ ਨਾ ਕਿਸੇ ਨੂੰ ਕਿਹਾ ਜਾਂਦਾ ਵੀ ਨਿਕੰਮੇ ਆ, ਅਤੇ ਜਿਹੜੇ ਨਿਕੰਮੇ ਟੀਚਰ ਤਾਂ ਬਹੁਤ ਨਿਕੰਮੇ, ਉਹਨਾਂ ਤਾਂ ਬਹੁਤ ਸੌਖਾ ਹੋ ਗਿਆ ਜੀ ਵੀ ਛੱਡੋ ਪੜਾਉਣਾ, 20 ਤਾਂ ਆਪੇ ਲੈ ਲੈਣਗੇ। ਦੇਖੋ ਮੈਂ ਸਮਝਦਾ ਕਿ ਡਿਸਕ੍ਰੀਸ਼ਨ ਜਿਹੜੀ ਹੈਗੀ ਹੈ ਇਸ ਲੈਵਲ ਦੇ ਉੱਤੇ ਇੰਨੀ ਨਹੀਂ ਹੋਣੀ ਚਾਹੀਦੀ ਜੀ। ਐਗਜ਼ਾਮੀਨੇਸ਼ਨ ਦਾ ਸਿਸਟਮ ਮੈਨੀਪੁਲੇਟ ਜੇ ਤੁਸੀਂ ਕਰਨ ਲੱਗ ਜਾਓਗੇ, ਹੁਣ ਆਮ ਚਰਚਾ ਕਿ ਪਹਿਲਾਂ ਮਾਡਲ ਪੇਪਰ ਭੇਜ ਦਿੱਤੇ ਜਾਂਦੇ ਆ, ਫਿਰ ਉਹੀ ਫਾਈਨਲ ਪੇਪਰ ਆ ਜਾਂਦਾ। ਸਮਾਰਟ ਸਕੂਲਾਂ ਦਾ ਅਸਰ ਤਾਂ ਨਹੀਂ ਹੈ ਕਿਤੇ? ਨਹੀਂ, ਮੈਂ ਕਹਿ ਰਿਹਾ ਜਿਹੜੀ ਉੱਥੇ ਬੇਚੈਨੀ ਹੈ ਐਡੀ ਵੱਡੀ ਅਧਿਆਪਕਾਂ ਦੇ ਵਿੱਚ ਔਰ ਪ੍ਰਸ਼ਾਸਕਾਂ ਦੇ ਵਿੱਚ, ਹੁਣ ਤੁਹਾਨੂੰ ਪੁਲਿਸ ਲਾ ਲਾ ਕੇ ਅਤੇ ਅੰਦਰ ਅਧਿਆਪਕ ਵਾੜਨੇ ਪੈਂਦੇ ਆ ਸਕੂਲਾਂ ਦੇ ਵਿੱਚ। ਜਿਹੜਾ 45,000 ਲੈਂਦਾ ਸੀ ਉਹਨੂੰ 15,000 'ਤੇ ਕਰ ਦਿੱਤਾ, ਇੰਨੇ ਮਾਨਸਿਕ ਤਣਾਅ ਦੇ ਵਿੱਚ ਜਿਨ੍ਹਾਂ ਨੇ ਕੰਮ ਕਰਨਾ। ਹੁਣ ਤੁਹਾਨੂੰ ਲੱਗਦਾ ਕਿ ਰਿਜ਼ਲਟ ਨਹੀਂ ਠੀਕ ਆਉਣੇ, ਤਾਂ ਹੁਣ ਤੁਸੀਂ ਵੀ ਕਵਰ ਅਪ ਕਰਨ ਵਾਸਤੇ ਵੀ ਆਹ ਸੌਖਾ ਕੰਮ ਹੈ ਵੀ ਲਓ ਜੀ ਵੀ ਗਰੀਬੀ ਰੇਖਾ ਤੋਂ ਲੋਕਾਂ ਨੂੰ ਉੱਤੇ ਲੈ ਕੇ ਜਾਣ ਦਾ ਸੌਖਾ ਸਰਕਾਰ ਕੋਲ ਢੰਗ ਤਰੀਕਾ ਵੀ ਗਰੀਬੀ ਰੇਖਾ ਥੱਲੇ ਕਰ।
ਇਸ ਤਰ੍ਹਾਂ ਦੀ ਜਿਹੜੀ ਹੈ ਨਾ ਸਟੈਟਿਸਟਿਕਸ ਦੀ ਮੈਨੀਪੂਲੇਸ਼ਨ, ਇਹ ਅਲਟੀਮੇਟਲੀ ਫਿਊਚਰ ਜਿਹੜੀ ਹੈ ਜਨਰੇਸ਼ਨ ਦਾ ਤਬਾਹ ਕਰ ਦਿੰਦਾ। ਤਨਖਾਹਾਂ ਘੱਟ ਹੋਣ ਦਾ ਦੋਸ਼ ਤਾਂ ਉਹ ਤੁਹਾਡੇ 'ਤੇ ਲਾਉਂਦੇ ਆ ਜੀ, ਕਹਿੰਦੇ ਅਕਾਲੀਆਂ ਨੇ ਸ਼ੁਰੂ ਕੀਤਾ ਸੀ ਵੀ 3 ਸਾਲ ਤੋਂ ਬਾਅਦ ਦੇਖਾਂਗੇ। ਜਿਹਨਾਂ ਨੂੰ 45,000 ਮਿਲ ਰਿਹਾ ਸੀ ਜੀ, ਉਹਨਾਂ ਦਾ 15,000 ਉਹ ਤਾਂ ਲੈਂਦੇ ਪਏ ਸੀ ਜੀ। ਇਸ ਕਰਕੇ ਹਰ ਗੱਲ ਅਕਾਲੀਆਂ ਦੇ ਉੱਤੇ ਪਾ ਦੇਣੀ ਨਾ, ਹੁਣ ਆ ਰੋਕ ਵੀ ਕੰਮਾਂ 'ਤੇ ਲਈ ਕਮੇਟੀ ਦੇ ਅੱਗੇ ਅਕਾਲੀਆਂ ਦਾ ਕਹਿ ਦਿਓ, ਅਸੀਂ ਤਾਂ ਸੜਕਾਂ 'ਤੇ ਤੁਰੇ ਫਿਰਦੇ ਉਹਦੇ ਖਿਲਾਫ਼। ਜਿਹਨਾਂ ਨੂੰ ਮਿਲਦੀ ਸੀ, ਮਿਲਦੀ ਵਾਲਿਆਂ ਦੀ 1500 ਕੀਤੀ ਹੈ, 15,000 ਕੀਤੀ ਹੈ। ਮਿਲਦੀ ਨੂੰ ਕਦੀ ਅੱਜ ਤੱਕ ਕਿਤੇ 70 ਸਾਲਾਂ ਦੇ ਇਤਿਹਾਸ ਦੇ ਵਿੱਚ ਦੇਸ਼ ਦੇ ਵਿੱਚ ਕਦੀ ਨਹੀਂ ਹੋਇਆ ਹੋਣਾ ਕਿ ਜਿੰਨੀ ਤਨਖਾਹ ਕਿਸੇ ਦੀ ਮਿਲਦੀ ਹੋਵੇ, ਜੇ ਕਿਸੇ ਲੈਵਲ 'ਤੇ ਕੋਈ ਚੇਂਜ ਹੁੰਦੀ ਤਾਂ ਮਿਨੀਮਮ ਪੇ ਉਹਦੀ ਪ੍ਰੋਟੈਕਟ ਕੀਤੀ ਜਾਂਦੀ, ਕਿਤੇ ਇੱਕ ਡਿਪਾਰਟਮੈਂਟ 'ਚੋਂ ਦੂਜੇ ਡਿਪਾਰਟਮੈਂਟ 'ਚ ਵੀ ਮਰਜ ਕੀਤੇ ਜਾਂਦੇ ਆ। ਤਾਂ ਵੀ ਜਿਹੜੀ ਮਿਨੀਮਮ ਪੇ ਆ ਇੱਕ ਰੂਲ ਹੈ ਕਿ ਮਿਨੀਮਮ ਪੇ ਜੋ ਡਰਾ ਕਰ ਰਿਹਾ ਉਸ ਡੇਟ ਦੇ ਉੱਤੇ ਉਹਦੀ ਪ੍ਰੋਟੈਕਟ ਕੀਤੀ ਜਾਂਦੀ। ਲੇਕਿਨ ਇਹਨਾਂ ਨੇ ਜਿਹੜੀ ਹੈਗੀ ਆ ਇਹੋ ਜਿਹਾ ਕੰਮ ਕੀਤਾ ਕਿ 45,000 ਲੈਣ ਨੂੰ 15 ਤੱਕ। ਅਤੇ ਜਿਵੇਂ ਧਰਨੇ ਪ੍ਰਦਰਸ਼ਨ ਤੁਸੀਂ ਕਰ ਰਹੇ ਹੋ, ਅਤੇ ਜਦੋਂ ਸਾਧੂ ਸਿੰਘ ਧਰਮਸੋਤ ਕਹਿੰਦਾ ਆਪਣੇ ਅਕਾਲੀਆਂ ਨੇ ਆਪਣੇ 10 ਸਾਲਾਂ ਦੇ ਵਿੱਚ ਦੇਖੇ ਕਿੰਨੇ ਧਰਨੇ ਲੱਗੇ, ਕਹਿੰਦਾ ਜੀ ਦੇਖੋ ਗੱਲ ਇਹ ਹੈ ਕਿ ਡੈਮੋਕ੍ਰੇਟਿਕ ਕੰਟਰੀ 'ਚ ਧਰਨੇ ਤਾਂ ਲੱਗਣ, ਪਰ ਜੇ ਹੁਣ ਇਹਨਾਂ ਕੰਮਾਂ ਵਾਸਤੇ ਧਰਨੇ ਲੱਗਣ ਵੀ ਕਮੇਟੀ ਦਾ ਆਪਣਾ ਰਾਈਟ ਆ, ਇਹ ਸਰਕਾਰ ਵਾਸਤੇ ਮੰਦਭਾਗੀ ਗੱਲ। ਕਿਸੇ ਗੱਲ ਦੇ ਉੱਤੇ ਕੋਈ ਸਰਕਾਰ ਆਪਣੀ ਬੇਵਸੀ ਹੋਵੇ ਤਾਂ ਸਰਕਾਰ ਲੋਕਾਂ ਨੂੰ ਦੱਸੇ ਵੀ ਆਹ ਕੰਮ ਅਸੀਂ ਤਾਂ ਨਹੀਂ ਕਰ ਸਕੇ। ਇੱਥੇ ਤਾਂ ਰੂਟੀਨ ਦੀ ਜਿਹੜੀ ਕੰਮ ਹੈ ਉਹਦੇ ਵਾਸਤੇ ਵੀ ਲੋਕਾਂ ਨੂੰ ਧਰਨੇ ਲਾਉਣੇ ਪੈਣੇ, ਤਨਖਾਹ ਲੈਣ ਵਾਸਤੇ ਧਰਨੇ ਲਾਉਣੇ, ਤਨਖਾਹ ਲੈਣ ਵਾਸਤੇ ਵੀ ਧਰਨੇ ਲਾਉਣੇ ਪੈਂਦੇ। ਕਿੰਨੇ ਕਿੰਨੇ ਮਹੀਨੇ ਤਨਖਾਹ ਮੁਲਾਜ਼ਮਾਂ ਨੂੰ ਨਹੀਂ ਮਿਲਦੀ, ਧਰਨੇ ਲਾਉਣੇ ਪੈਂਦੇ। ਇਹ ਵੀ ਕਹਿੰਦੇ ਇਹ ਤਾਂ ਬੇਸਿਕ ਚੀਜ਼ਾਂ ਨੇ ਜਿਹੜੀਆਂ ਕਿ ਗੌਰਮੈਂਟ ਦੀ ਫੰਕਸ਼ਨਿੰਗ 'ਚ ਆਟੋਮੈਟਿਕ ਹੁੰਦੀਆਂ। ਡਾਕਟਰ ਰਤਨ ਸਿੰਘ ਅਜਨਾਲਾ ਕਹਿੰਦੇ ਆ ਤੁਹਾਡੇ ਅਕਾਲੀ ਦਲ 'ਚ ਸ਼ਾਮਿਲ ਹੋ ਰਹੇ ਨੇ ਜੀ। ਚਲੋ ਇਹ ਉਹਨਾਂ ਦੇ ਫੈਸਲਾ ਕਰਨਾ ਜਿਹੜੀ ਹੈਗੀ ਆ, ਪਰ ਸੇਵਾ ਸਿੰਘ ਸੇਖਮਾ ਨੂੰ ਅਫਵਾਹ ਦੱਸ ਰਹੇ ਨੇ, ਤੇ ਉਹ ਥੋੜ੍ਹੇ ਦਿਨਾਂ ਤੱਕ ਗੱਲ ਸਾਹਮਣੇ ਆ ਜਾਏਗੀ। ਹਾਲੇ ਮੇਰੀ ਵੀ ਪੂਰੀ ਗੱਲ ਤੁਹਾਡੇ ਨਾਲੇ ਹੁੰਦੀ ਹੈ, ਜਦੋਂ ਮੁੱਖ ਤਾਂ ਤੁਹਾਨੂੰ ਕਿਹਾ ਜਾਂਦਾ ਜਦੋਂ ਕੋਈ ਜਨ ਸ਼ਾਮਿਲ ਹੁੰਦਾ। ਪਾਰਟੀ ਦੇ ਫੈਸਲੇ ਨੇ, ਮੈਂ ਇਕੱਲੇ ਨਹੀਂ ਲੈਣੇ ਹੁੰਦੇ, ਪਾਰਟੀ ਨੇ ਲੈਣੇ। ਪਤਾ ਹੋਊਗਾ ਜੀ ਆ ਰਹੇ ਵੈਸੇ ਜੀ। ਹੌਲੀ ਹੌਲੀ ਮੈਂ ਸਮਝਦਾ ਕਿ ਸਾਰਿਆਂ ਨੇ ਮਹਿਸੂਸ ਕਰ ਲੈਣਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਨਾ ਪਬਲਿਕ ਬਰਦਾਸ਼ਤ ਨਹੀਂ ਕਰਨਾ, ਇਹ ਪੱਕੀ ਸੱਚਾਈ ਆ। ਲੋਕ ਸਮਝਦੇ ਆ ਕਿ ਕੋਈ ਵੀ ਅਗਰ ਨਿੱਜੀਕਰਨ ਕਰਕੇ ਪਾਰਟੀ ਦਾ ਨੁਕਸਾਨ ਕਰੇ ਪਬਲਿਕ ਉਹਨੂੰ ਨਹੀਂ ਕਰ। ਜਿਹੜੀ ਸੰਗਰੂਰ ਦੀ ਰੈਲੀ ਸੀ ਉਹਨੇ ਇਸ ਗੱਲ ਦਾ ਪ੍ਰਗਟਾਵਾ ਕਰਤਾ। ਅਤੇ ਜਿਹੜੇ ਕਹਿ ਰਹੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ ਜੀ, ਉਹ ਉਹਨਾਂ ਨੂੰ ਕਿਵੇਂ ਵੇਖਦੇ ਜਿਹੜੇ ਕਹਿੰਦੇ ਵੀ 1920 'ਚ ਸ਼ੁਰੂ ਹੋਇਆ ਸੀ 2019 'ਚ ਖਤਮ? ਚਲੋ ਉਹਨਾਂ ਦੀ ਆਪਣੀ ਇੱਕ ਸੌਖਾ ਕੰਮ ਹੈ ਬੋਲਣ ਵਾਸਤੇ ਸਟੇਜਾਂ 'ਤੇ, ਜਿਹੜਾ ਨਾ ਪੱਖੀ ਵਤੀਰਾ ਹੁੰਦਾ ਉਹਨੂੰ ਕੁਛ ਨਾ ਕੁਛ ਕਹਿਣਾ ਹੁੰਦਾ, ਪਰ ਐਡੇ ਸੰਘਰਸ਼ ਵਾਲੀ ਪਾਰਟੀ ਜਿਹਨੂੰ ਬਜ਼ੁਰਗਾਂ ਨੇ ਇੰਨੀਆਂ ਕੁਰਬਾਨੀਆਂ ਦੇ ਕੇ ਖੂਨ ਪਸੀਨੇ ਨਾਲ ਸਿੰਜਿਆ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਸੋ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਖਤਮ ਨਹੀਂ ਕਰ ਸਕਦਾ, ਇਹ ਕਹਿਣਾ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦਾ। ਅੱਜ ਰੂਪਨਗਰ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਚੀਮਾ ਸਾਹਿਬ ਨੇ ਕੈਪਟਨ ਸਰਕਾਰ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਨੇ। ਵੇਖਣਾ ਹੋਵੇਗਾ ਕਿ ਇਹ ਧਰਨੇ ਦਾ ਸਰਕਾਰ ਦੇ ਉੱਤੇ ਕਿੰਨਾ ਕੁ ਅਸਰ ਹੁੰਦਾ ਹੈ, ਕੰਮ ਜਿਹੜੇ ਰੁਕੇ ਹੋਏ ਨੇ ਉਹ ਦੁਬਾਰਾ ਤੋਂ ਲਾਗੂ ਹੁੰਦੇ ਨੇ ਜਾਂ ਫਿਰ ਧਰਨੇ ਪ੍ਰਦਰਸ਼ਨ ਹੀ ਇਸੇ ਤਰ੍ਹਾਂ ਜਾਰੀ ਰਹਿਣਗੇ। ਭੁਪਿੰਦਰ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਰੂਪਨਗਰ।